ਹਿਸਾਬ ਨਾਲ ਤਾਂ ਆਪਾਂ ਆਉਣ ਵਾਲੇ ਟਾਈਮਾਂ ਦੇ ਵਿੱਚ ਬੂੰਦ ਬੂੰਦ ਨੂੰ ਤਰਸਾਂਗੇ। ਚੱਲ ਸੁੱਖ ਬੂਟਿਆਂ 'ਚ ਪਾਣੀ ਪਾ ਦਈਏ, ਇੱਥੇ ਕਿਹੜਾ ਕੋਈ ਪਾਉਂਦਾ, ਵਿਚਾਰੇ ਮੱਛੇ ਪਏ ਨੇ। ਚਲੋ ਪਾਉਂਦੇ ਹਾਂ, ਭਰ ਗਈ ਬਾਲਟੀ। ਇਹ ਹੋ ਜਾ ਬਿਲਾ ਸੇਤੀ ਸੇਤੀ ਬੜਾ, ਇੱਥੇ ਧੁੱਬੇ ਲਿਖਾਇਆ ਕਰਨੇ ਨੇ। ਬਾਈ ਪਾਣੀ ਲਾ ਦਈਏ ਇਹਨਾਂ ਨੂੰ, ਆਪਾਂ ਨੂੰ ਸੌਂ ਦਿਆ ਕਰਨਗੇ ਇਹ। ਅੱਜ ਕੱਲ੍ਹ ਕਿਹੜਾ ਕੋਈ ਇੰਨਾ ਪਿਆਰ ਕਰਦਾ ਦਰੱਖਤਾਂ ਨਾਲ ਯਾਰ, ਦਰੱਖਤਾਂ ਨਾਲ ਲਾਉਣੇ ਜ਼ਰੂਰੀ ਨੇ। ਇੰਨਾ ਟੈਂਪਰੇਚਰ ਹੋਇਆ ਪਿਆ ਯਾਰ, ਪੰਜਾਬ ਦਾ ਬੁਰਾ ਹਾਲ ਹੋਇਆ ਪਿਆ ਯਾਰ। ਪਾਣੀ ਵੀ ਐਨ ਪੂਰਾ ਤੱਤਾ ਹੋਇਆ ਪਿਆ, ਟੈਂਕੀਆਂ 'ਚ ਪਾਣੀ ਤੱਪੀ ਜਾਂਦਾ, ਟੈਂਪਰੇਚਰ ਵਧੀ ਜਾਂਦਾ, ਲੋਕ ਦਰੱਖਤ ਹੀ ਨਹੀਂ ਲਾਉਂਦੇ ਹੈਗੇ। ਮੈਂ ਵੀ ਸੁੱਖ ਇਹਨਾਂ ਨੂੰ ਪਾਣੀ ਦੇ ਕੇ ਚੱਲਦੇ ਹਾਂ ਆਪਾਂ ਦਾ ਖੇਤ ਹੈ ਨਾ। ਉਹ ਯਾਰ ਬਾਪੂ ਨੇ ਟਾਲੀਆਂ ਹੀ ਫੂਕਤੀਆਂ। ਮੈਂ ਬਾਪੂ ਨੂੰ ਕਿੰਨਾ ਕਿਹਾ ਨਾ ਅੱਗ ਲਾਇਆ ਕਰ, ਨਾ ਅੱਗ ਲਾਇਆ ਕਰ। ਆਹ ਹੁਣ ਦੱਸ ਇਹਦੀ ਜਗ੍ਹਾ 'ਤੇ ਹੋਰ ਦਰੱਖਤ ਲਾ ਦੂੰ। ਚੱਲ ਮੈਂ ਜਾ ਕੇ ਬਾਪੂ ਨਾਲ ਕਰਦਾ ਗੱਲ। ਤੂੰ ਪੁੱਤ ਕਿਵੇਂ ਆ ਗਿਆ? ਮੈਂ ਤਾਂ ਬਾਪੂ ਅਮਰਗੜ੍ਹ ਗਿਆ ਸੀ, ਮੈਂ ਚੱਲ ਖੇਤ ਜਾਏ ਆਉਂਦੇ ਆ। ਬਾਪੂ ਟਾਲੀਆਂ ਫੂਕਤੀਆਂ, ਤੂੰ ਸ਼ਰਮ ਨਹੀਂ ਆਉਂਦੀ ਤੈਨੂੰ? ਟਾਲੀਆਂ ਤਾਂ ਗੈਲੋਂ ਅੱਗ ਆਈ ਆ, ਸਾਡੀ ਤਾਂ ਤੂੜੀ ਵੀ ਕਰਨ ਵਾਲੋ ਪਈ ਸੀ, ਅਸੀਂ ਤਾਂ ਮੌਕੇ 'ਤੇ ਟਰੈਕਟਰ ਪਾ ਕੇ ਬਝਾਈ ਆ। ਉਹ ਤਾਂ ਚੱਲ ਮੰਨਦੇ, ਹੁਣ ਉੱਥੇ ਹੋਰ ਦਰਖਤ ਲਾ ਦੇਗਾ, ਉਹ ਟਾਲੀਆਂ ਟੁੱਲੇ ਲਾ ਦਾਂਗੇ ਤੂੰ ਤਾਂ। ਅੱਛਾ ਬਾਪੂ, ਉੱਥੇ ਇੱਕ ਕੰਮ ਹੋਰ ਹੋ ਗਿਆ ਆਪਣਾ ਹੁਣ। ਕੀ ਹੋ ਗਿਆ ਬਾਪੂ? ਉਹ ਮੋਟਰ ਟੋਟਾ ਮੰਗਦੀ ਆ, ਹਵਾ ਜੀ ਲਈ ਜਾਂਦੀ ਆ। ਬਾਪੂ ਹੱਡ ਸਿਆਪਾ, ਇੱਕ ਸਾਲ ਟੋਟਾ ਪਾਉਣਾ ਪੈਂਦਾ, ਪਾਣੀ ਬਹੁਤ ਡੂੰਘੇ ਜਾਈ ਜਾਂਦੇ ਨੇ। ਪਾਣੀ ਹੁਣ ਜਾਈ ਜਾਂਦੇ ਨੇ ਡੂੰਘੇ, ਪਾਉਣਾ ਹੀ ਪਊਗਾ, ਹੋਰ ਕਿੱਤਾ ਨਹੀਂ, ਕੋਈ ਕੰਮ ਨਹੀਂ। ਹੋਰ ਬਾਪੂ ਕਰੀਏ ਕੀ, ਇੱਕ ਦਰਖਤ ਵੀ ਘਟੀ ਜਾਂਦੇ ਨੇ, ਰਹਿੰਦੇ ਰਹਿੰਦੇ ਫੂਕੀ ਜਾਂਦੇ ਨੇ। ਉਹ ਤਾਂ ਹੁਣ ਲਾਈ ਆਵਾਂਗੇ, ਜਿਹੇ ਜਿਹੇ ਫੁੱਕਦੇ ਨੇ ਲਾਈ ਜਾਂਦੀ ਆ। ਹੁਣ ਲਾਈ ਬਾਪੂ ਫਿਰ ਦਰਖਤ ਲਾਵਾਂਗੇ, ਪੂਰੇ ਪੰਜਾਬ ਦਾ ਹੀ ਹਾਲ ਆ। ਮੈਨੂੰ ਨਾ ਲੱਗਦਾ ਆਉਣ ਵਾਲੇ ਟਾਈਮਾਂ ਤੱਕ ਮੁੰਡਾ ਪੰਜਾਬ ਰੇਗਿਸਤਾਨ ਬਣ ਜੂਗਾ। ਉਹ ਐਤੀ ਗਰਮੀਆਂ ਵੱਧ ਪੈ ਗਈ, ਐਤੀ ਤਾਂ ਹਾਂ ਬਾਪੂ, ਆਪਣੀ ਫਸਲ ਵੀ ਤਾਂ ਹੀ ਘੱਟ ਨਿਕਲੀ ਹੈ ਨਾ, ਬਾਲਾ ਘੱਟਾ ਪਾ ਗਈ ਕਣਕ ਵੀ। ਚੱਲ ਬਾਪੂ ਫਿਰ ਮੈਂ ਚੱਲਦਾ ਬਾਲਾ ਇੰਨੇ ਹੈ ਨਾ, ਫਿਰ ਮੈਂ ਰੋਟੀ ਲੈ ਕੇ ਆਉਂ ਤੇਰੀ। ਰੋਟੀ ਲੈ। ਬਹੁਤ ਆ, ਕਿਤੇ ਸਾਹ ਨਹੀਂ ਮਿਲੀ, ਆਹੀ ਦਰਖਤ ਦੀ ਸਾਹ ਮਿਲੀ ਆ। ਦਰਖਤ ਹੀ ਮਾੜੇ ਮਾੜੇ ਰਹਿ ਗਏ ਅੱਜ ਕੱਲ੍ਹ ਯਾਰ। ਚਾਚੇ ਲਵੇ ਚੱਲਦੇ ਆ, ਚਾਚਾ ਪਤਾ ਨਹੀਂ ਕੀ ਕਰੀ ਜਾਂਦਾ ਸਾਨੂੰ ਚਾਚੇ ਲਵੇ ਯਾਰ। ਉੱਪਰੋਂ ਗਰਮੀ ਬੜੀ ਆ, ਆਹ ਚਾਚੇ ਮੇਰੇ ਨੂੰ ਯਾਰ ਸ਼ਰਮ ਨਹੀਂ ਆਉਂਦੀ ਹੈਗੀ। ਸਰਕਾਰ ਕਹੀ ਜਾਂਦੀ ਅੱਗ ਨਾ ਲਾਓ, ਅੱਗ ਨਾ ਲਾਓ, ਤਾਪਮਾਨ ਇੰਨਾ ਹੋਇਆ ਪਿਆ, 45 ਡਿਗਰੀ ਸੈਲਸੀਅਸ ਤੋਂ ਤਾਂ ਤਾਪਮਾਨ ਤੱਪਿਆ ਪਿਆ, ਇਹ ਅੱਗ ਲਾਉਣਾ ਫੇਰ ਨਹੀਂ ਅੜਦੇ। ਆਹ ਕਿੰਨੇ ਸੋਹਣੇ ਬੂਟੇ ਖੜੇ ਸੀ, ਵੀ ਕਿਤੇ ਇਹਨਾਂ ਨੇ ਵੱਡੇ ਹੋਣਾ ਸੀ, ਸਹੁੰ ਦੇਣਾ ਸੀ ਸਾਨੂੰ। ਆਹ ਚਾਚੇ ਮੇਰੇ ਦੀ ਜਾ ਕੇ ਮੈਂ ਰੇਲ ਬਣਾਉਣਾ, ਆਹ ਬੂਟਿਆਂ ਨੂੰ ਅੱਗ ਲਾਈ ਪਈ ਹੈ। ਓਏ ਆਹ ਕੀ ਕਰਦਾ ਜੀ ਤੋਂ, ਮੈਂ ਡਰਦਾ ਸੀ ਚਾਚੇ ਨੇ ਉਹੀ ਕੰਮ ਕਰਦਾ, ਦਰਖਤ ਪਟਾਈ ਦਿੱਤੇ। ਆਏ ਓਏ ਚਾਚਾ, ਆਹ ਕੀ ਕਰਦਾ, ਉਹ ਪੁੱਤਾਂ ਵਾਂਗੂ ਪਾਲੇ ਸੀ, ਵੱਡੇ ਹੋ ਕੇ ਸਹੁੰ ਦੇਣਗੇ, ਤੂੰ ਤਾਂ ਜਮੀ ਜਾੜ ਕਰਤਾ ਚਾਚਾ। ਚਾਚਾ ਤੇਰੇ ਲਈ ਮੈਂ ਬਣਾਉਣਾ ਰੇਲ, ਉਹ ਬੈਠਾ ਮੈਨੂੰ ਲੱਗਦਾ ਚਾਚਾ। ਓਏ ਅੱਛਾ ਆ ਕੀ ਕਰਤਾ, ਦਰਖਤ ਪਟਾ ਦੇ ਤੂੰ, ਕੀ ਹੋ ਗਿਆ? ਮੈਂ ਮਸਾ ਯਾਰ ਪਾਣੀ ਦੇ ਪਾਲੇ ਦੀ ਤੂੰ ਪਟਾ ਤੇ। ਇਹਨੂੰ ਕੀ ਹੁੰਦਾ ਐਮਲ, ਇਹਦਾ ਮਾਰ ਬਹੁਤ ਇਹਨਾਂ ਦੀ। ਉਹ ਕੀ ਮਾਰਦੀ ਚਾਚਾ ਯਾਰ, ਇਹ ਤੇ ਸੌਂ ਦਿੰਦੇ, ਹੁਣ ਸੌਂ ਕਿਹੜੀ ਰਹੀ ਆ ਮੋਟਰ ਤੇ, ਮੇਰੀ ਆ ਸੌਂ ਸੁੱਖੇ, ਮਾਰ ਬਹੁਤ ਆ ਫਸਲ ਨੂੰ, ਕਿਹਦੀ ਫਸਲ ਚ ਦਰਖਤ ਆਉਣਾ।
ਉਹ ਚਾਚਾ ਯਾਰ ਤੂੰ ਤਾਂ ਉਹੀ ਆਪਦੇ ਲਾਲਚ ਨੂੰ ਚਾਚਾ ਤੂੰ ਦਰਖਤ ਪਟਾ ਤੇ ਉਹ ਪੈਸਿਆਂ ਦੀ ਵੀ ਲੋੜ ਦੀ ਤਾਂ ਜਵਾਕਾਂ ਦੀਆਂ ਗੱਲਾਂ ਕਰੀ ਜਾਂਦਾ ਉਹੀ ਮੇਰੇ ਦਾ ਉਹ ਚਾਚਾ ਹੁਣ ਤੂੰ ਆਹ ਦਰਖਤ ਪਟਾ ਤੇ ਦੀ ਜਗ੍ਹਾ ਤੇ ਹੋਰ ਲਾਵੇਂਗਾ ਨਹੀਂ ਸੁੱਖੇ ਮੈਂ ਨਹੀਂ ਇਹਦੇ ਮਤਲਬ ਹੋਰ ਲਾਉਂਦਾ ਹਾਂ ਮੈਂ ਤਾਂ ਇਹਨਾਂ ਦਾ ਫਾਹਾ ਮਸਾਂ ਵੱਢਿਆ ਉਹ ਚਾਚਾ ਇਹ ਜੀ ਤੈਨੂੰ ਕੀ ਲੋੜ ਪੈਗੀ ਦਰਖਤ ਪਟਾਈ ਜਾਂਦਾ ਉਹ ਮੈਂ ਤਾਂ ਸੁੱਖੇ ਇਹਨਾਂ ਨੂੰ ਵੀ ਕੱਲ ਨੂੰ ਵੱਢੂਗਾ ਇਹਨੂੰ ਜੰਮਣਾ ਉਹ ਅਮਰੂਦ ਆ ਇਹਨਾਂ ਨੂੰ ਵੀ ਵੱਢੂਗਾ ਮਾਰ ਬਹੁਤ ਆ ਇਹਨਾਂ ਦੀ ਆਹ ਥੱਲੇ ਦੇਖ ਕਿਵੇਂ ਪੱਤੇ ਹੀ ਪੱਤੇ ਪਏ ਨੇ ਉਹ ਚਾਚਾ ਕਿਉਂ ਤੂੰ ਉਹ ਕਰੀ ਜਾਂਦਾ ਐ ਹੁਣ ਆਪਾਂ ਇੱਥੇ ਸ਼ਾਮੇ ਫਿਰ ਕਿੱਥੇ ਬੈਠਿਆ ਕਰਾਂਗੇ ਉਹ ਬਥੇਰੀ ਉਹ ਪਰ ਅਮਰੂਦ ਹੋ ਜੂ ਉਹ ਤੂੰ ਤਾਂ ਹੈਗਾ ਹਾਂ ਇਹ ਤਾਂ ਮਾਰ ਬਹੁਤ ਆ ਇਹਨਾਂ ਦੀ ਉਹ ਚਾਚਾ ਕੀ ਤੂੰ ਆ ਤੇਰੀ ਕਮਾਟਰ ਮਤਾਂ ਕਣਕ ਉਹ ਵਧੂਗੀ ਇਹਦੇ ਚੋਂ ਕੁਇੰਟਲ ਥੋੜੀ ਹੁੰਦੀ ਐ ਚਾਚਾ ਆਉਣ ਵਾਲੀਆਂ ਪੀੜ੍ਹੀਆਂ ਬਾਰੇ ਸੋਚ ਲਿਓ ਆਪਾਂ ਉਹਨਾਂ ਨੂੰ ਕੀ ਛੱਡ ਕੇ ਜਾਵਾਂਗੇ ਟੈਂਪਰੇਚਰ ਦੇਖ ਲੈ ਕਿੰਨਾ ਹੋਇਆ ਪਿਆ ਸੁੱਖਾ ਮੈਂ ਇਕੱਲੇ ਹੀ ਸੋਚੀ ਜਾਵਾਂ ਯਾਰ ਮੈਂ ਟੈਂਪਰੇਚਰ ਮੈਂ ਇਕੱਲੇ ਨੇ ਵਧਾਇਆ ਉਹ ਚਾਚਾ ਆਪਾਂ ਆਪਦੇ ਬਾਰੇ ਤਾਂ ਸੋਚਣਾ ਚਾਚਾ ਆਪਾਂ ਹੁਣ ਗਰਮੀ ਦੇਖ ਲੈ ਕਿੰਨੀ ਪੈਂਦੀ ਆ ਚਾਚਾ ਚੰਗਾ ਤੂੰ ਮੈਨੂੰ ਤਾਂ ਕਹੀ ਜਾਂਦਾ ਆਲੇ ਦੁਆਲੇ ਸਾਰੇ ਨਿਗਾਹ ਮਾਰ ਲੈ ਕਿਤੇ ਕੋਈ ਵਾਧੂ ਘਾਟੂ ਕਿਸੇ ਦੇ ਖੇਤ ਦੇ ਵਿੱਚ ਦਰਖਤ ਖੜੇ ਉਹ ਚਾਚਾ ਉਹ ਤਾਂ ਗੱਲ ਹੋਰ ਆ ਜੇ ਤੂੰ ਹੁਣ ਬਾਈ ਚਾਂਸ ਤੂੰ 10 ਦਰਖਤ ਇੱਥੇ ਵਧੀਆ ਲਾਵੇਂਗਾ ਤਾਂ ਤੈਨੂੰ ਦੇਖ ਕੇ ਦੋ ਚਾਰ ਜਾਣੇ ਹੋਰ ਲਾਉਣਗੇ ਅੱਛਾ ਚੱਲ ਚੰਗਾ ਤੇਰੀ ਗੱਲ ਮੈਂ ਮੰਨ ਲੈਣਾ ਹਾਂ ਅੱਛਾ ਮੈਂ ਲਾ ਦਿੰਦਾ ਲਾ ਦੇ ਅੱਛਾ ਜੇ ਕਿਸੇ ਨੇ ਹੋਰ ਨਾਲ ਉਹ ਚਾਚਾ ਆਪਾਂ ਲੋਕਾਂ ਤੋਂ ਕੀ ਲੈਣਾ ਯਾਰ ਜਿਹਦਾ ਜੀ ਕਰੂ ਦਰਖਤ ਲਾ ਦੂਗਾ ਮੈਂ ਤਾਂ ਤੈਨੂੰ ਸਮਝਾ ਰਿਹਾ ਦਰਖਤ ਲਾਉਣੇ ਚੰਗੇ ਹੁੰਦੇ ਨੇ ਉਹ ਚੰਗੇ ਤਾਂ ਮੈਨੂੰ ਵੀ ਪਤਾ ਵੀ ਹੁੰਦੇ ਨੇ ਉਹ ਚਾਚਾ ਹੁਣ ਤੂੰ ਆ ਦਰਖਤ ਪਟਾਉਣ ਨੂੰ ਵਰਦਾ ਸੀ ਇੱਥੇ ਪਤਾ ਕਿੰਨੇ ਪੰਛੀਆਂ ਦੇ ਆਲਣੇ ਪਏ ਹੋਏ ਨੇ ਕਿੰਨੇ ਪੰਛੀ ਰਹਿੰਦੇ ਨੇ ਉਰੇ ਰਹਿੰਦੇ ਤਾਂ ਬਹੁਤ ਨੇ ਅੱਛਾ ਹੁਣ ਤਾਂ ਗਰਮੀ ਪੈਂਦੀ ਆਪਾਂ ਨੂੰ ਇਹਨਾਂ ਨੂੰ ਪਾਣੀ ਧਰਨਾ ਚਾਹੀਦਾ ਤੜਕੇ ਲਾਇਆ ਕਰੂੰ ਠੰਡੇ ਪਾਣੀ ਦੀ ਮਲ ਕੇ ਨਹੀਂ ਕਰਾ ਕੇ ਪੀ ਜਾਇਆ ਕਰਨਗੇ ਸ਼ਾਮ ਤੱਕ ਉਹ ਚਾਚਾ ਤੂੰ ਤਾਂ ਹੋਰ ਹੀ ਗੱਲਾਂ ਮਾਰੀ ਜਾਂਦਾ ਯਾਰ ਹੋਰ ਹੀ ਗੱਲਾਂ ਲੱਗ ਗਿਆ ਮੈਨੂੰ ਇਹ ਬੜਾ ਮੈਂ ਤਾਂ ਤੈਨੂੰ ਸਮਝਾ ਰਿਹਾ ਯਾਰ ਗਰਮੀ ਬਹੁਤ ਆ ਯਾਰ ਇਹਨਾਂ ਨੂੰ ਪਾਣੀ ਧਰਨਾ ਚਾਹੀਦਾ ਗਰਮੀ ਆਪਣੀ ਕੱਲੀ ਮੋਟ ਤੇ ਆ ਸਾਰਿਆਂ ਦੀ ਗਰਮੀ ਇੱਕ ਸਾਰੇ ਪੈਂਦੀ ਆ ਮੱਲੋ ਉਹ ਚਾਚਾ ਸਾਰੇ ਪੰਜਾਬ ਦਾ ਯਾਰ ਤੈਨੂੰ ਸੁਈ ਨਾ ਸਮਝਾ ਰਿਹਾ ਚਾਚਾ ਚੰਗਾ ਜੇ ਤੈਨੂੰ ਜਾਦੇ ਹੋ ਲਾ ਤਾਂ ਤੂੰ ਤਾਂ ਹੁਣ ਇੱਥੇ ਸਾਹਵੇਂ ਬੈਠਾ ਇਹਦੀ ਸੌਂ ਦੇਖ ਲੈ ਇਹਨੂੰ ਜਿਹਨੂੰ ਪਟਾਉਣ ਨੂੰ ਫਿਰਦਾ ਤੂੰ ਜੇ ਜਾਦੇ ਹੋ ਚੰਗਾ ਉੱਤੇ ਅੱਧਾ ਘੰਟਾ ਧੁੱਪੇ ਬਹਿ ਕੇ ਦਿਖਾ ਹਾਂ ਬਹਿ ਜੂ ਮੈਂ ਤਾਂ ਬਹਿ ਜਾਗਾ ਚੱਲ ਚੱਲ ਫਿਰ ਬਹਿ ਕੇ ਦਿਖਾ ਹਾਂ ਚੱਲ ਦੇਖਦੇ ਆ ਮੈਂ ਉਰੇ ਬਹਿਣਾ ਚੱਲ ਆਹੀ ਬਹਿ ਕੇ ਹਾਂ ਚੱਲ ਹੁਣ ਪਤਾ ਲੱਗੂ ਚਾਚੇ ਨੂੰ ਗਰਮੀ ਕੀ ਹੁੰਦੀ ਆ ਦਰਖਤੀ ਪਟਾਈ ਜਾਂਦਾ ਹੋਰ ਹੀ ਗੱਲਾਂ ਕਰੀ ਜਾਂਦਾ ਹੋਰ ਹੀ ਯਾਰ ਸੁੱਖ ਤਾਂ ਉਈ ਮਰੀ ਜਾਂਦਾ ਗੱਲਾਂ ਅੱਧਾ ਘੰਟਾ ਬਹਿ ਜਾ ਅੱਧਾ ਘੰਟਾ ਬਹਿ ਜਾ ਇਹਦਾ ਘੰਟਾ ਵੀ ਨਹੀਂ ਹਿਲਦਾ ਲੱਗਦਾ ਕੀ ਹੈ ਕੋਈ ਏਡੀ ਧੁੱਪ ਨਹੀਂ ਹੈ ਕੁਛ ਨਹੀਂ ਹੁੰਦਾ ਬਹੁਤ ਟਾਈਮ ਤਾਂ ਬਹੁਤ ਹੋ ਗਿਆ ਲੱਗਦਾ ਘੰਟੇ ਤੋਂ ਤਾਂ ਵੱਧ ਹੋ ਗਿਆ ਮੈਨੂੰ ਲੱਗਦਾ ਗਰਮੀ ਗਰਮੀ ਹੋ ਗਿਆ ਮੈਂ ਤਾਂ ਕਿੱਥੇ ਫਸ ਗਿਆ ਯਾਰ ਮੈਂ ਤਾਂ ਜਾ ਕੇ ਸਾਵੇਂ ਜਾਂਦਾ ਭੈਣ ਗਰਮੀ ਸੁੱਖੇ ਬਾਲੀ ਐ ਤੈਨੂੰ ਪਤਾ ਨੀ ਆਪਾਂ ਨੂੰ ਹਰ ਇੱਕ ਸਾਲ ਟੋਟਾ ਪਾਉਣਾ ਪੈਂਦਾ ਪਾਣੀ ਵੀ ਦੇਖ ਲਾ ਡੂੰਘੇ ਜਾਈ ਜਾਂਦੇ ਨੇ ਆਪਣੇ ਪਤਾ ਓਏ ਆਹੋ ਜਾਂਦਾ ਪਤਾ ਕਿੰਨਾ 10-20 ਹਜ਼ਾਰ ਰੁਪਏ ਚ ਆਪਾਂ ਹਰ ਇੱਕ ਸਾਲ ਆ ਜਾਂਦੇ ਆ ਟੋਟੇ ਪਾਉਣੇ ਪੈਂਦੇ ਨੇ ਪਾਣੀ ਪੈਂਦਾ ਭਾਈ ਪਾਣੀ ਕਿੰਨੀ ਨਹੀਂ ਸਰਦਾ ਹੁਣ ਦਰਖਤ ਵੀ ਲਾਉਣੇ ਜ਼ਰੂਰੀ ਨੇ ਕੋਈ ਨਾ ਲਾ ਦਾਂਗੇ ਹੁਣ ਜਿੱਥੇ ਦੇਖ ਲੈ ਹੁਣ ਭੌਂ ਖੋਰ ਹੋ ਰਹੀ ਹੈ ਕਿੰਨੀ ਦਰਖਤਾਂ ਕਾਰਨ ਮਿੱਟੀ ਮਜ਼ਬੂਤ ਰਹਿੰਦੀ ਆ ਆਹੋ ਰਹਿੰਦੀ ਹੈ ਮਤਲਬ ਮੰਨਦਾ ਮੈਂ ਤੇਰੀ ਗੱਲ ਹੁਣ ਫਿਰ ਲਾਏਗਾ ਦਰਖਤ ਫਿਰ ਹੁਣ ਲਾਉਣੇ ਹੀ ਪੈਣਗੇ ਹਾਂ ਲਾ ਦਾਂਗੇ ਚੱਲ ਠੀਕ ਆ ਚਾਚਾ ਚੱਲਦਾ ਮੈਂ ਚੰਗਾ ਮੱਲ ਚੰਗਾ ਕੋਰ ਕਰੇ ਗੱਲ ਤੇ ਮੇਰੀ ਕੋਈ ਨਾ ਮੱਲ ਕੋਈ ਨਾ ਕੋਈ ਨਾ ਇਧਰ ਆ ਗਿਆ ਇਹ ਬੜਾ ਮੱਤਾਂ ਦੇ ਨਾਲ ਆਏ ਪੈਨੇ ਆਪੇ ਆਰਾਮ ਕਰਦੇ ਆ ਨੰਬਰ 2 ਤੁਸੀਂ ਆਪਣੇ ਨਾ ਖੇਤਾਂ ਵਿੱਚ ਦੇਖੋ ਪੌਦੇ ਬਹੁਤ ਘੱਟ ਲਾਏ ਹੋਏ ਨੇ ਪਲੀਜ਼ ਬੇਨਤੀ ਹੈ ਪੌਦੇ ਆਪਣੇ ਨਾ ਖੇਤਾਂ ਵਿੱਚ ਵੱਧ ਤੋਂ ਵੱਧ ਲਵਾਓ ਵਾਤਾਵਰਨ ਵੀ ਆਪਣਾ ਸ਼ੁੱਧ ਹੋਊਗਾ ਹਵਾ ਵੀ ਸ਼ੁੱਧ ਹੋਊ ਇਹ ਜਿਹੜੀਆਂ ਦਵਾਈਆਂ ਨੇ ਇਹ ਵੀ ਕੰਮ ਕਰਨਗੀਆਂ ਇਹ ਗਰਮੀ ਦੀ ਵਜ੍ਹਾ ਨਾਲ ਹੀ ਜ਼ਿਆਦਾ ਬਿਲਕੁਲ ਬਿਲਕੁਲ ਵੀਰ ਜੀ ਟੈਂਪਰੇਚਰ ਦੇਖੋ ਕਿੱਥੇ ਗਿਆ ਗਰਮੀ ਕਿੱਥੇ ਹੈ ਆਪਣੇ ਆਉਣ ਵਾਲੇ ਬੱਚਿਆਂ ਵਾਸਤੇ ਇੱਕ ਲਾਭਦਾਇਕ ਪੌਦੇ ਨੇ ਯਾਰ ਦੇਖੋ ਸੁੱਕਾ ਪਿਆ ਆਲੇ ਦੁਆਲੇ ਨਿਗਾਹ ਤਾਂ ਮਾਰੋ ਕਿਤੇ ਪੌਦਾ ਦੀਂਦਾ
ਜ਼ਰੂਰੀ ਨੇ ਜੀ ਸਾਡੇ ਜਿਉਂਦੇ ਰਹਿਣ ਦੇ ਲਈ ਸਾਨੂੰ ਪੌਦੇ ਜ਼ਰੂਰ ਪਾਣੀ ਤੇ ਵੀਰੇ ਪੌਦੇ ਜ਼ਰੂਰੀ ਨੇ ਬਿਲਕੁਲ ਜੀ ਪਾਣੀ ਵੀ ਵੱਧ ਤੋਂ ਵੱਧ ਬਚਾਓ ਤੇ ਪੌਦੇ ਵੀ ਵੱਧ ਤੋਂ ਵੱਧ ਲਗਾਓ ਮੱਕੀ ਜੀ ਪਿੰਡਾਂ ਦੇ ਚੋਣੀ ਕਿੱਥੇ ਨੇ ਉਹ ਗਾਹਾਂ ਨੇ ਭਾਈ ਮੱਕੀ ਚ ਠੀਕ ਹੈ ਅੱਜੇ ਹਾਂ ਵੀ ਸੁੱਖਾ ਕਿਵੇਂ ਆਇਆ ਪੁੱਤ ਓਏ ਮੈਂ ਤਾਂ ਮਿਲਣ ਆਏ ਤੁਹਾਡੇ ਮਿੱਤਰ ਆਏ ਦੀ ਅੱਜ ਹਿਮਾਚਲ ਤੋਂ ਆਏ ਨੇ ਭਾਈ ਪੰਜਾਬ ਦਾ ਵਾਤਾਵਰਨ ਤੇ ਹਿਮਾਚਲ ਦਾ ਵਾਤਾਵਰਨ ਬਾਰੇ ਦੱਸਦੇ ਨੇ ਕਹਿੰਦੇ ਸਾਡਾ ਸੁੱਧ ਹੈ ਉਧਰ ਇੰਨਾ ਕਿੰਨਾ ਕੁ ਸੁੱਧ ਹੈ ਉਧਰ ਉਧਰ ਪੌਦੇ ਜਾਂਦੇ ਨੇ ਪੇੜ ਪੌਦੇ ਬਹੁਤ ਜ਼ਿਆਦਾ ਲੱਗੇ ਹੋਏ ਅੱਛਾ ਠੀਕ ਹੈ ਜੀ ਤੋਂ ਇਸ ਲਈ ਹਵਾ ਵੀ ਜੋ ਚੱਲਦੀ ਹੈ ਨਾ ਉਹ ਠੰਡੀ ਚੱਲਦੀ ਬਰਸਾਤ ਜਲਦੀ ਹੋ ਜਾਂਦੀ ਹੈ ਬਰਸਾਤ ਮਤਲਬ ਜਿਵੇਂ ਵੈਸੇ ਹੀ ਗਰਮੀ ਪੜ ਜਾਂਦੀ ਹੈ ਨਾ हिमाचल में बढ़िया मौसम है जैसे ही गर्मी थोड़ी पड़ जाती है तो उसके बाद बारिश हो जाती है झरने का पानी होता है शुद्ध पानी ठीक है शुद्ध हवा होती है ਪੰਜਾਬ ਦਾ ਮਾਹੌਲ ਤਾਂ ਠੀਕ ਹੈ ਪਰ ਇਹ ਹੈ ਕਿ ਥੋੜੀ ਗਰਮੀ ਥੋੜੀ ਜ਼ਿਆਦਾ ਪੜ ਗਈ ਹਮਾਰੇ ਲੋਕ ਦਰਖਤ ਕੱਟੀ ਜਾਂਦੇ ਹਾਂ ਦਰਖਤ ਜੋ ਹੈ ਨਾ ਪੇੜ ਪੌਦੇ ਜੋ ਹੈ ਉਹ ਕਮ ਹੈ ਪੰਜਾਬ ਦੇ ਵਿੱਚ ਆ ਕੇ ਤਾਂ ਇਹ ਫਸ ਗਿਆ ਅੱਛਾ ਉਧਰ ਠੰਡ ਪੈਂਦੀ ਹੈ ਥੋੜੀ ਇੱਕ ਠੰਡਾ ਵਾਤਾਵਰਨ ਇੱਧਰ ਗਰਮੀ ਜ਼ਿਆਦਾ ਹੈ ਉੱਧਰ ਪੌਦੇ ਵੀ ਜ਼ਿਆਦੇ ਨੇ ਨਾ ਬਾਰਿਸ਼ ਜ਼ਿਆਦੇ ਪੈਂਦੀ ਬਾਰਿਸ਼ ਜ਼ਿਆਦਾ ਇੱਧਰ ਪੌਦੇ ਘੱਟ ਹੋਣ ਕੇ ਬਾਰਿਸ਼ ਵੀ ਘੱਟ ਪੈਂਦੀ ਹੈ ਨਾ ਅੱਛਾ ਸੁੱਖ ਲੈ ਪਾਣੀ ਪੀ ਲਾ ਬਾਈ ਹੈ ਨਾ ਗਰਮੀ ਚੋਂ ਆਇਆ ਸੀ ਗਰਮੀ ਜ਼ਿਆਦਾ ਸਾਨੂੰ ਵੀ ਦਰਖਤ ਲਾਉਣੇ ਚਾਹੀਦੇ ਹਾਂ ਹਾਂ ਇਹ ਦਰਖਤ ਲਗਾਓ ਯਾਰ ਹੁਣ ਆਪਾਂ ਸਾਹਵੇਂ ਬੈਠੇ ਆਂ ਹੁਣ ਆਪਾਂ ਨੂੰ ਸਾਹ ਨਹੀਂ ਵਧੀਆ ਸਾਹ ਨਹੀਂ ਆਇਆ ਸ਼ੁੱਧ ਹਵਾ ਆ ਰਹੀ ਹੈ ਲਓ ਜੀ ਦਲੀਪ ਜੀ ਤੁਸੀਂ ਲੈ ਲਓ ਪਰ ਚਲੋ ਠੀਕ ਹੈ ਜੀ ਅੱਜ ਹੀ ਚੱਲ ਠੀਕ ਹੈ ਭਾਈ ਤਾਂ ਵੀ ਸਤਿ ਸ਼੍ਰੀ ਅਕਾਲ ਪਾਣੀ ਮਾਰ ਕੇ ਪਰਾਂ ਕਰੋ ਜੀ ਪਾਈਪ ਤੁਹਾਡੇ ਕੋਲ ਪਿਆ ਪਤਾ ਪੈਪ ਬਸ਼ੱਕ ਕੋਲ ਪਿਆ ਪਾਣੀ ਦੀ ਪਤਾ ਕਿੰਨੀ ਕਿੱਲਤ ਆ ਰਹੀ ਆ ਪਾਣੀ ਤਾਂ ਆਪਾਂ ਤੋਂ ਜਿੰਨਾ ਵੱਧ ਤੋਂ ਵੱਧ ਬਚਾਇਆ ਜਾ ਸਕੇ ਓਨਾ ਫਾਇਦਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਾਣੀ ਨਹੀਂ ਬਚਣਾ ਤੈਨੂੰ ਪਤਾ ਕਿੰਨੇ ਕਿੰਨੇ ਥਾਵੇਂ ਪਾਣੀ ਖਤਮ ਹੋ ਗਿਆ ਹਾਂ ਇਹ ਤੇ ਹੈ ਜੀ ਦੇਖ ਲਿਆ ਹੁਣ ਮੈਂ ਜਦੋਂ ਛੋਟਾ ਸੁਰਤ ਸੰਭਲੀ ਸੀ ਜਦੋਂ 25-30 ਫੁੱਟ ਦੇ ਪਾਣੀ ਸੀ ਉਹੀ ਤਾਂ ਗੱਲ ਆ ਪੁੱਤ 100 ਪਲੱਸ ਹੋ ਗਏ ਜਿਹੜੇ ਹਿਸਾਬ ਨਾਲ ਲੋਕ ਗਲੀਆਂ ਨਾਲੀਆਂ ਦੇ ਵਿੱਚ ਪਾਣੀ ਵਹਾ ਰਹੇ ਨੇ ਇਸ ਹਿਸਾਬ ਨਾਲ ਤਾਂ ਆਪਾਂ ਆਉਣ ਵਾਲੇ ਟਾਈਮਾਂ ਦੇ ਵਿੱਚ ਬੂੰਦ ਬੂੰਦ ਨੂੰ ਤਰਸਾਂਗੇ ਪਾਣੀ ਦੀ ਨੂੰ ਤੂੰ ਦੱਸ ਸਹੀ ਨਹੀਂ ਗੱਲ ਇਹ ਹਾਂਜੀ ਆਂਟੀ ਸਹੀ ਆ ਤੁਹਾਡੀ ਗੱਲ ਆਹੀ ਗੱਲਾਂ ਤੁਹਾਨੂੰ ਮੈਂ ਕਹਿਣ ਆਇਆ ਸੀ ਤੂੰ ਕੀ ਕਹਿਣ ਆਇਆ ਸੀਗਾ ਪੁੱਤ ਰਾਜਾ ਜੀ ਆਇਆ ਨੂੰ ਮੇਰਾ ਪੁੱਤ ਪਹਿਲਾਂ ਆਂਟੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤ ਮੈਂ ਤਾਂ ਆਹੀ ਕਹਿਣਾ ਜੇ ਆਪਾਂ ਪੇੜ ਪੌਦਿਆਂ ਕਨੀ ਵੱਧ ਧਿਆਨ ਦਈਏ ਲੋਕ ਕੱਟ ਰਹੇ ਨੇ ਤੇ ਆਪਾਂ ਪਿੰਡ ਦੇ ਵਿੱਚ ਥੋੜਾ ਜਿਹਾ ਆਪਾਂ ਜਾਗਰੂਕਤਾ ਫੈਲਾਈਏ ਪੁੱਤ ਮੈਂ ਤਾਂ ਬਹੁਤ ਇਸ ਗੱਲ ਦੇ ਬਹੁਤ ਚਿਰ ਦੇ ਪਿੱਛੇ ਪਈ ਹੋਈ ਆ ਇੱਥੇ ਪਿੰਡ ਦੇ ਵਿੱਚ ਪੁੱਤ ਕੋਈ ਨਹੀਂ ਸੁਣਦਾ ਹੈਗਾ ਅੱਛਾ ਆਂਟੀ ਤੁਹਾਡੇ ਵਰਗੇ ਨੌਜਵਾਨ ਸਾਡੇ ਨਾਲ ਰਲਣ ਤਾਂ ਪੁੱਤ ਆਪਾਂ ਆਪਣੇ ਪਿੰਡ ਦਾ ਭਵਿੱਖ ਬਚਾ ਸਕੀਏ ਆਪਣੇ ਦੇਸ਼ ਦਾ ਭਵਿੱਖ ਬਚਾ ਸਕੀਏ ਹਾਂ ਹਾਂ ਆਂਟੀ ਆਂਟੀ ਜੀ ਅੰਕਲ ਜੀ ਕਿੱਥੇ ਨੇ ਉਹ ਪੁੱਤ ਚੰਡੀਗੜ੍ਹ ਨੂੰ ਗਏ ਹੋਏ ਨੇ ਅੱਛਾ ਜੀ ਆਂਟੀ ਜੀ ਚਲੋ ਠੀਕ ਆਂਟੀ ਫਿਰ ਸ਼ਾਮ ਨੂੰ ਮਿਲਾਂਗੇ ਹਾਂ ਸ਼ਾਮ ਨੂੰ ਆ ਜਾਣਗੇ ਪੁੱਤ ਸ਼ਾਮ ਨੂੰ ਆ ਜੀ ਪੱਕਾ ਠੀਕ ਹੈ ਜੀ ਆਂਟੀ ਚੰਗਾ ਵਾਤਾਵਰਨ ਵੀ ਸ਼ੁੱਧ ਹੋਊਗਾ ਚੱਲ ਪੁੱਤ ਫਿਰ ਬਹਿ ਕੇ ਗੱਲ ਕਰ ਲੈਣੇ ਆਪਾਂ ਠੀਕ ਹੈ ਅੰਕਲ ਜੀ ਹਾਂ ਪੁੱਤ ਦੱਸ ਕੀ ਗੱਲ ਕਰਨੀ ਆ ਮੈਂ ਤਾਂ ਇੱਦਾਂ ਕਹਿ ਰਹੇ ਅੰਕਲ ਜੀ ਤੁਸੀਂ ਸੰਸਥਾ ਚਲਾ ਰਹੇ ਹੋ ਮੈਂ ਤੁਹਾਡੀ ਸੰਸਥਾ ਰਾਹੀਂ ਇਹ ਕਹਿਣਾ ਚਾਹੁੰਦਾ ਕਿ ਆਪਾਂ ਲੋਕਾਂ ਨੂੰ ਥੋੜ੍ਹਾ ਜਿਹਾ ਅਵੇਅਰ ਕਰੀਏ ਕਿ ਵਾਤਾਵਰਨ ਬਾਰੇ ਮੈਂ ਤੇਰੀ ਗੱਲ ਨਾਲ ਸਹਿਮਤ ਹਾਂ ਮੈਂ ਇਹ ਪਹਿਲਾਂ ਹੀ ਚਾਹੁੰਦਾ ਸੀਗਾ
जो तुसी मेरा सहयोग दोगे अगे मैं आपके पद्धर से काफ़ी कुछ कर रहा जो तुसी मेरे ना सहयोग न चलोगे अगे जाके सारे पिंड हरियाली कर सकते हैं। हाँ जी अंकल जी मैं थोड़े नाल ही हाँ तो मेरे नाल जो मेरे साथी जुड़े हुए वह भी साथ देंगे तो आप पिंड हरा भरा करिए तो तुम करो आपके संस्था के मैंबर न गलबात। अंकल जी बहुत बहुत धन्यवाद तुम मेरी गल सुनी। कोई गल नहीं पुत्रा आने वाले समय के एरिए सारा हरा भरा कर देवे तो किसी गल की फिक्र नहीं करती मैं थोड़े नाल हाँ। चलो ठीक है अंकल जी मैं चल रहा ओके ओके चल पानी दिए फिर बूटिया हरा पुसन आया तेन यार मेरा हरा धुपने पहले ही फूकता हरा लै जी कोई नी अपना उधर खड़ा हरा लै जी ठीक है वीरे ते और तेरा काम कार के में चली जांदा उधर काम कार औखा यार साह लैण च प्रॉब्लम आउंदी है मेनू मुश्किल हो जूगी हालात ने अज दे पंजाब दे बीमारियां जो तू दरख्त लावेगा तापमान किन्ना जे आपां दरख्त लगावांगे तां तापमान तां ही घटूगा चल भाई वधिया टाइम च कहना मन्निया तां दरख्त लाए चल भाई मैं चलदा मैं ठीक है इधर गेट मिल गेड़ा मारना।